ਹੇ ਗਾਇਜ਼, ਵੈਲਕਮ ਟੂ ਜਿਗਨੇਸ਼ ਜੀਕੇ ਤੋਂ ਗਾਇਜ਼। P++B ਜਾਣੀ ਕਿ ਪੰਜਾਬ ਸਪੋਰਟ ਜਿਨਸ ਸਰਵਿਸ ਸਿਲੈਕਸ਼ਨ ਬੋਰਡ ਦੀ ਤਰਫ ਤੋਂ ਅੱਜ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਅਪਲੋਡ ਹੋਇਆ ਹੈ। ਇਹ ਜੋ ਨੋਟੀਫਿਕੇਸ਼ਨ ਉਹ ਫਿਸ਼ਰੀ ਆਫਿਸਰ ਦਾ ਜੋ ਐਗਜ਼ਾਮ ਹੋਣ ਵਾਲਾ ਹੈ 25/7/2021 ਨੂੰ ਉਸ ਦੇ ਰਿਗਾਰਡਿੰਗ ਹੈ। ਜੀ ਹਾਂ, ਇਹਨਾਂ ਨੇ ਐਡਮਿਟ ਕਾਰਡਸ ਹਨ ਉਹ ਅਨਾਊਂਸ ਕਰ ਦਿੱਤੇ ਹਨ। ਤੁਸੀਂ ਆਪਣੇ ਆਪਣੇ ਐਡਮਿਟ ਕਾਰਡਸ ਡਾਊਨਲੋਡ ਕਰ ਸਕਦੇ ਹੋ ਇਸ ਲਿੰਕ ਦੇ ਉੱਪਰ। ਓਕੇ ਕਰਕੇ ਲਿੰਕ ਓਪਨ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਕੋਲ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਅਤੇ ਡੇਟ ਆਫ ਬਰਥ ਮੰਗੀ ਜਾਏਗੀ ਅਤੇ ਮੋਬਾਈਲ ਨੰਬਰ। ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਹੈ, ਤੁਸੀਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। ਐਗਜ਼ਾਮ ਡੇਟ 25/7/2021 ਨੂੰ ਹੈ, ਤਾਂ ਜਲਦੀ ਨਾਲ ਆਪਣਾ ਐਗਜ਼ਾਮ ਡੇਟ ਐਡਮਿਟ ਕਾਰਡ ਹੈ ਡਾਊਨਲੋਡ ਕਰੋ ਅਤੇ ਐਗਜ਼ਾਮ ਤੁਹਾਡਾ ਕਿਹੜੀ ਸਿਟੀ ਦੇ ਵਿੱਚ ਹੈ, ਕਿਸ ਵੈਨਿਊ ਦੇ ਵਿੱਚ ਹੈ, ਇਹ ਵੀ ਦੱਸਣਾ ਨਾ ਭੁੱਲਣਾ। ਉਸ ਤੋਂ ਬਾਅਦ ਇੱਕ ਦੱਸ ਦੇਵਾਂ ਤੁਹਾਨੂੰ, ਲਾਇਬ੍ਰੇਰੀਅਨ ਦਾ ਜੋ ਐਗਜ਼ਾਮ ਹੋਇਆ ਸੀ ਗਾਇਜ਼ 18/7 ਨੂੰ, ਉਸ ਦੇ ਲਈ ਆਨਸਰ ਕੀ ਇਹਨਾਂ ਨੇ ਅਪਲੋਡ ਕੀਤੀ ਸੀ। ਓਬਜੈਕਸ਼ਨ ਅਗਰ ਤੁਹਾਨੂੰ ਕੋਈ ਹੈ ਤਾਂ ਤੁਸੀਂ ਓਬਜੈਕਸ਼ਨ ਓਬਜੈਕਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ, ਇਸ ਦੇ ਲਈ ਤੁਹਾਨੂੰ ਈਮੇਲ ਆਈਡੀ ਹੈ exam.nlt@gmail.com 'ਤੇ ਤੁਸੀਂ ਮੇਲ ਕਰ ਸਕਦੇ ਹੋ। ਠੀਕ ਹੈ ਜੀ, 21 ਜੁਲਾਈ 2021 ਤੱਕ 5 ਵਜੇ ਤੱਕ ਤੁਸੀਂ ਆਪਣੀ ਜੋ ਵੀ ਡਾਊਟ ਹੈ, ਤੁਹਾਨੂੰ ਕੁਐਸਚਨ ਕੋਈ ਤੁਹਾਨੂੰ ਲੱਗਦਾ ਕਿ ਤੁਹਾਡਾ ਆਨਸਰ ਸਹੀ ਹੈ ਅਤੇ ਇਹਨਾਂ ਨੇ ਗਲਤ ਦਿੱਤਾ ਹੋਇਆ, ਤਾਂ ਤੁਸੀਂ ਓਬਜੈਕਟ ਕਰ ਸਕਦੇ ਹੋ। ਲੇਕਿਨ 500 ਰੁਪਏ ਦਾ ਤੁਹਾਨੂੰ ਡਰਾਫਟ ਬਣਾਉਣਾ ਪਵੇਗਾ। ਇਹੀ ਇਨਫੋਰਮੇਸ਼ਨ ਦੇਣੀ ਸੀ। ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਆਪਣੇ ਉਹਨਾਂ ਫਰੈਂਡਸ ਦੇ ਨਾਲ ਜਿਨ੍ਹਾਂ ਦਾ ਇਸ ਐਗਜ਼ਾਮ ਦੇ ਨਾਲ ਵਾਸਤਾ ਹੈ। ਓਕੇ ਗਾਇਜ਼, ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ, ਉਸ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।